ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਨਹੀਂ, ਲੋਕਾਂ ਨੂੰ ਕਹੋ ਚਲੋ ਤੁਸੀਂ ਲਿਖ ਕੇ ਲਾ ਲਓ, ਹੁਣ ਤਾਂ ਉੱਦਾਂ ਹੀ ਪਤਾ ਲੱਗ ਜਾਂਦਾ ਵੀ ਕਿਹੜੇ ਵਾਰਡ 'ਚ ਕਿੰਨੀਆਂ ਵੋਟਾਂ ਪੈਣੀਆਂ। ਕੋਈ ਕੰਮ ਕਰਾ ਲਓਗੇ ਫਿਰ? ਉਹਨਾਂ ਨੂੰ ਕਹੋ ਜਿਹੜੇ ਰਹਿ ਗਏ ਸੀ ਕਰਾ ਲਓਗੇ। ਦੇਖੋ ਕਾਂਗਰਸ ਤੋਂ ਕਰਾ ਕੇ ਦੇਖ ਲਓ। ਮੈਡਮ ਅਸੀਂ ਏਦਾਂ ਕਿੱਦਾਂ ਕਹਿ ਦਈਏ ਉਹਨਾਂ ਨੂੰ, ਇਹ ਗੱਲ ਮੈਂ ਤਾਂ ਕਹਿਣਾ ਹੀ ਪੈਣਾ। ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਇਹਨਾਂ ਦੀ ਇੱਕ ਆਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਮਹਿਲਾ ਕੌਂਸਲਰ ਇਹਨਾਂ ਨੂੰ ਸਾਫ਼ ਕਹਿ ਰਹੀ ਸੀ ਕਿ ਉਸਨੇ ਤਾਂ ਹੁਣ ਚੋਣਾਂ ਹੀ ਨਹੀਂ ਲੜਨੀਆਂ ਅਤੇ ਉਹ ਤੁਹਾਡੇ ਨਾਲ ਮਹੱਲੇ 'ਚ ਪ੍ਰਚਾਰ ਲਈ ਨਹੀਂ ਜਾਏਗੀ, ਕਿਉਂਕਿ ਲੋਕ ਨਾਰਾਜ਼ ਨੇ, ਲੋਕ ਕਹਿ ਰਹੇ ਨੇ ਕਿ ਉਹਨਾਂ ਦੇ ਕੰਮ ਨਹੀਂ ਹੋਏ। ਇਸ ਦੇ ਜਵਾਬ ਦੇ ਵਿੱਚ ਮੈਡਮ ਨੇ ਕਾਫ਼ੀ ਤਲਖੀ ਖਾਧੀ ਸੀ, ਇੱਥੋਂ ਤੱਕ ਕਹਿਤਾ ਸੀ ਕਿ ਜੇ ਵੋਟਾਂ ਸਾਨੂੰ ਨਹੀਂ ਪਾਉਣੀਆਂ ਤਾਂ ਕਿਸੇ ਹੋਰ ਨੂੰ ਪਾ ਕੇ ਵੇਖ ਲੈਣ ਫਿਰ। ਪਰ ਇਸੇ ਗੱਲ ਨੂੰ ਲੈ ਕੇ ਜਦੋਂ ਆਡੀਓ ਵਾਇਰਲ ਹੋਈ ਤਾਂ ਮੈਡਮ ਦੇ ਤੇਵਰ ਵੱਖਰੇ ਸੀ ਅਤੇ ਅੱਜ ਬਦਲੇ ਤੇਵਰਾਂ ਦੇ ਨਾਲ ਮੈਡਮ ਇਲਾਕੇ 'ਚ ਪ੍ਰਚਾਰ ਲਈ ਚਲੇ ਗਏ। ਉਹ ਮਹਿਲਾ ਕੌਂਸਲਰ ਤਾਂ ਇਹਨਾਂ ਦੇ ਨਾਲ ਨਹੀਂ ਗਈ, ਪਰ ਇਹ ਕਿਸੇ ਦੂਸਰੇ ਕੌਂਸਲਰ ਨੂੰ ਨਾਲ ਲੈ ਕੇ ਚਲੇ ਗਏ। ਮੌਕੇ 'ਤੇ ਹੋਣਾ ਕੀ ਸੀ, ਲੋਕਾਂ ਨੇ ਵੀ ਖੂਬ ਖਰੀ ਖੋਟੀ ਸੁਣਾਈ, ਲੋਕਾਂ ਨੇ ਘੇਰ ਲਿੱਤਾ ਅਤੇ ਸਿੱਧੇ ਤੌਰ 'ਤੇ ਬਹਿ ਗਏ। ਬਹਿ ਕੇ ਜ਼ਮੀਨ ਦੇ ਉੱਤੇ ਸਵਾਲ ਪੁੱਛੇ ਕਿ ਸਾਨੂੰ ਦੱਸਿਆ ਜਾਵੇ ਸਾਡੇ ਮਹੱਲੇ 'ਚ ਕੰਮ ਕਿਉਂ ਨਹੀਂ ਹੋਏ। ਇਸ ਤੋਂ ਬਾਅਦ ਤੁਸੀਂ ਆਪ ਹੀ ਸੁਣੋ ਕਿਸ ਤਰੀਕੇ ਦੇ ਨਾਲ ਮੈਡਮ ਨੂੰ ਲੋਕਾਂ ਦੀ ਜਵਾਬਦੇਹੀ ਕਰਨੀ ਪਈ। ਦੇਖੋ ਮੇਰੀ ਗੱਲ ਸੁਣੋ, ਵਾਦਾ ਮੈਡਮ ਮੈਡਮ ਰਿਪੀਟ ਮੈਂ ਇਹ ਕਰਨਾ ਚਾਹੁੰਦਾ, ਵਾਦਾ ਪਿਛਲੀ ਵਾਰੀ ਵੀ ਇਹ ਹੋਇਆ ਵੀ ਡਿਵੈਲਪਮੈਂਟ ਹੋਊਗੀ, ਕਰ ਹੋਇਆ ਤੁਹਾਡੇ ਨਾਲ ਮਹਿੰਦੇ ਸੀ ਨਾ ਮੇਰੇ ਮੈਂ ਗਵਾਹ ਆ, ਮੈਂ ਅੱਗੇ ਛੇ ਮਹੀਨੇ ਹੀ ਦੇ ਦੋ ਸੋਮ ਪ੍ਰਕਾਸ਼ ਜੀ ਨੂੰ, ਤੁਹਾਡੇ ਕੰਮ ਸ਼ੁਰੂ ਹੋ ਜਾਵੇ ਪੂਰੇ ਛੇ ਮਹੀਨਿਆਂ ਬਾਅਦ, ਉੱਥੇ ਸੀਵਰੇਜ ਦਾ ਕੰਮ ਸ਼ੁਰੂ ਹੋ ਗਿਆ ਪੂਰੇ ਛੇ ਮਹੀਨੇ ਬਾਅਦ। ਉਹ ਲੋਕਾਂ ਨੂੰ ਜਾ ਕੇ ਪੁੱਛ ਕੇ ਆਏ ਕਿ ਕੀਤਾ ਸੀ ਕਿ ਨਹੀਂ ਕੀਤਾ ਸੀ। ਅੱਜ ਵੀ ਮੈਂ ਉਹਨਾਂ ਨੂੰ ਪੁੱਛ ਰਹੀ ਹਾਂ, ਮੈਨੂੰ ਉਹ ਲੇਡੀ ਨੂੰ ਬੁਲਾ ਨਾ ਦਿਓ ਵੀ ਉਹ ਕਿਹੜੀ ਸੀ ਜਿਹੜੀ ਇੰਨਾ ਜ਼ਿਆਦਾ ਬੋਲਦੀ। ਅਸੀਂ ਤਾਂ ਮੈਡਮ ਇਹ ਗੱਲ ਕਹਿੰਦੇ ਆ ਬਈ 7 ਸਾਲ ਤੁਹਾਡੇ ਕੋਲ ਕੰਮ ਨਹੀਂ ਹੋਇਆ, ਇਸ ਗੱਲ ਨੂੰ ਸੈਕਟ ਕਰੋ ਵੀ ਇਹ ਤੁਹਾਡੇ ਸਰਕਾਰ ਦੀ, ਇਹ ਤੁਹਾਡੇ ਹਾਂਜੀ ਮੈਡਮ ਮੈਡਮ ਨਹੀਂ ਮਾਤ ਨਗਰ ਦੀ ਗੱਲ ਕਰਦਾ ਸੀ, ਮਾਤ ਨਗਰ ਜਾ ਕੇ ਰਹਿਣਾ। ਇਹ ਗੱਲ ਕਰਦੇ ਆ ਵੀ 7 ਸਾਲ ਜੇ ਕੰਮ ਨਹੀਂ ਹੋਇਆ, ਇੱਕ ਮਿੰਟ ਭਾਜੀ ਅਸੀਂ ਇਹ ਕਹਿੰਦੇ ਜੇ 7 ਸਾਲ ਕੰਮ ਨਹੀਂ ਹੋਇਆ ਇਹ ਤੁਹਾਡੀ ਸਰਕਾਰ ਦੀ ਨਾਕਾਮੀ, ਇਸ ਗੱਲ ਨੂੰ ਐਕਸੈਪਟ ਕਰੋ ਵੀ ਤੁਹਾਡੀ ਸਰਕਾਰ ਦੀ ਨਾਕਾਮੀ ਆ। ਹਾਂਜੀ ਹੁਣ ਸਵਾਲ ਇਹ ਆ ਵੀ ਉਹ 45 ਲੱਖ ਰੁਪਈਆ ਗਿਆ ਗਿਆ
सवाल ये खड़ा होंगे जी, इस गल का कोई है स्पष्टीकरण? पैंताली लाख जो मिले चाहे डेढ़ करोड़ भी मिले वो लगता वार्ड में ही आ, गवांडिया का न्याणा रोटी खा के सो जाइए अपने घर का न्याणा माड़ी जी अठारह अठारह हजार रुपया इनकम टैक्स दिने जदों असी करदे आ ना, असी रोड टैक्स दिने आ, रोड टैक्स दिने आ, आ झग्गा पाया आ इहदा वी असी टैक्स दित्ता आ, ओह साडी डिवेलपमेंट घोरा घोरा वी नहीं, साडी वाली कहिंदे पैसे ही नहीं हैगे हैं।